अज इत्थे खालसा हेड का जिहड़ा बहुत दिनां दा लंगर दा चल रहा किसानां दे लई योगदान सारे किते ही पाउंदे आ दसण दी लोड़ नहीं खालसा हेड किसे भी रैकगनाइजेशन की मुहताज नहीं असं भागां वाले आ मैं भी हाँ बंदा भाई संजीत बावा अज इत्थे सेवा का मौका मिलिया भागां वाले असीं ਇੱਥੇ ਬਹੁਤ ਵਧੀਆ ਜਿਵੇਂ ਹਮੇਸ਼ਾ ਹੀ ਤਰ੍ਹਾਂ ਜਿੰਨੀ ਵਾਰ ਵੀ ਆਏ ਹਾਂ ਸਾਡਾ ਵੀਰ ਵੱਡਾ ਅਮਰਪ੍ਰੀਤ ਜਿੰਨੀ ਵਾਰ ਵੀ ਚਾਹੇ ਪੰਜਾਬ 'ਚ ਸੇਵਾ ਚਾਹੇ ਬਾਹਰ ਆ ਹਮੇਸ਼ਾ ਇੱਕ ਚੀਜ਼ ਜ਼ਰੂਰ ਆ ਵੀ ਹਮੇਸ਼ਾ ਬਹੁਤ ਔਰਗਨਾਈਜ਼ਡ ਹੁੰਦੀ ਆ ਵੈਲ ਔਰਗਨਾਈਜ਼ਡ ਪੂਰਾ ਪੂਰਾ ਧਿਆਨ ਰੱਖ ਕੇ ਸਾਰਾ ਕੀਤਾ ਜਾਂਦਾ ਅਤੇ ਆਪਣੇ ਵੱਲੋਂ ਕਿਸਾਨਾਂ ਦੇ ਸੰਘਰਸ਼ 'ਚ ਜਿਹੜਾ ਜਿਹੜਾ ਜੋ ਜੋ ਯੋਗਦਾਨ ਪਾ ਸਕਦਾ ਜੋ ਤਿਲ ਫੁੱਲ ਕਿਸੇ ਵੀ ਤਰੀਕੇ 'ਚ ਪਾ ਸਕਦੇ ਹਾਂ ਪਾਈਏ ਸਾਰੇ ਜਣੇ ਇਕੱਠੇ ਹੋਈਏ ਇਕੱਠੇ ਹੋ ਕੇ ਸਾਥ ਦਈਏ ਬਹੁਤ ਚੰਗਾ ਲੱਗਿਆ ਜੀ ਬਿਲਕੁਲ ਮੈਂ ਤਾਂ ਪਹਿਲੀ ਵਾਰ ਆਇਆ ਅੱਜ ਪਰ ਸੱਚੀ ਦਿਲ ਨੂੰ ਬਹੁਤ ਸਕੂਨ ਮਿਲਿਆ ਬਹੁਤ ਮਨ ਖੁਸ਼ ਹੋਇਆ ਕਿ ਜਿਸ ਲੈਵਲ 'ਤੇ ਪੰਜਾਬ ਤੋਂ ਟਰਾਲੀਆਂ ਪੰਜਾਬ ਤੋਂ ਜਿਹੜੇ ਸਾਡੇ ਲੋਕ ਆ ਕਿਸਾਨ ਵੀਰ ਆ ਜਿਹੜੇ ਇੱਥੇ ਮਾਵਾਂ ਭੈਣਾਂ ਬਜ਼ੁਰਗ ਸਾਰੇ ਪਹੁੰਚੇ ਹੋਏ ਆ ਸਾਰਿਆਂ ਦਾ ਸਵੇਰੇ ਅੱਜ ਸੇਵਾ ਕਰਕੇ ਬਹੁਤ ਮਜ਼ਾ ਆਇਆ ਕਿ ਸਾਰਿਆਂ ਦੇ ਜਿੱਦਾਂ ਕਈ ਵਾਰੀ ਐਂ ਹੁੰਦਾ ਕਿ ਪ੍ਰੋਟੈਸਟਾਂ ਦੇ ਵਿੱਚ ਤੁਹਾਨੂੰ ਖਾਣ ਪੀਣ ਦੀ ਬਹੁਤ ਤੰਗੀ ਹੁੰਦੀ ਆ ਸੋ ਖਾਲਸਾ ਹੈਡ ਇਸ ਗੱਲ ਲਈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਆ ਚੜ੍ਹਦੀ ਕਲਾ ਦੇ ਵਿੱਚ ਹੀ ਰਹੋ।